بسم اللہ الرحمن الرحیم السلام علیکم دوستو امید ہے سب دوست سب بھائی سب ویورز خیریت نال ہوو دے دوستو میں تواڈا پرا تواڈا دوست تواڈا میزبان عمران اسلم وڑائچ دوستو میں بیسیکلی سعودی عربیا چونا تے شو کے تے لگرن تے تواڈے نال وی گپ شپ لگ ਕਰਦਾ ਰਹਨਾ ਦੋਸਤਾਂ ਨਾਲ ਵੀ ਕਰਦਾ ਰਹਨਾ ਹਾਜੀ ਸਾਹਿਬ ਨਾਲ ਵੀ ਰابطਾ ਰਹਿੰਦਾ ਤੇ ਹੋਰ ਬਹੁਤ ਸਾਰੇ ਫਾਰਮਰਾਂ ਵਾਲਿਆਂ ਨਾਲ ਵੀ ਰابطਾ ਰਹਿੰਦਾ ਮਾਲ ਡੰਗਰ ਦੇ ਲੈਣੇ ਦੇਣੇ ਵਾਸਤੇ ਬਾਕੀ ਦੋਸਤੋ ਮੇਰੇ ਇਨਸ਼ਾਅੱਲਾ ਅੱਲਾਹ ਪਾਕ ਬਿਹਤਰ ਕਰੇਦਾ ਅੱਲਾਹ ਪਾਕ ਸਭ ਦੀ ਮਦਦ ਕਰੇ ਜੀ ਅੱਛੀ ਉਮੀਦ ਰੱਖਣੀ ਚਾਹੀਦੀ ਏ ਤੇ ਜੈਸਾ ਗੁਮਾਨ ਰੱਖੋਦੇ ਵੈਸਾ ਇਨਸ਼ਾਅੱਲਾ ਪਾਓਦੇ ਤੇ ਬਾਕੀ ਇਨਸ਼ਾਅੱਲਾ ਖੈਰ ਚਾਹੀਦੀ ਖੈਰ ਹੋਵੇ ਜੀਆਂ ਚ ਮਾਲ 'ਚ ਜਾਨਵਰਾਂ 'ਚ ਬਾਕੀ ਅੱਲਾ ਪਾਕ ਬਿਹਤਰ ਕਰੇ ਦਾ ਦੋਸਤੋ ਕੱਲ ਐ گاਵਾ ਆਂਦੀਆਂ ਸਨ ਤੇ ਵੀਡੀਓ ਬਣਾਈ ਸੀ ਅਪਲੋਡ ਕੀਤੀ ਸੀ ਲੇਕਿਨ ਦੋਸਤੋ ਕੁਝ ਗੱਲਾਂ ਬਾਤਾਂ ਤੁਹਾਡਾ ਨਾਲ ਕਰਨੀਆਂ ਹੁੰਦੀਆਂ ਨੇ ਇਨਸ਼ਾਅੱਲਾ ਮੈਂ ਕਰਦਾ ਰਵਾਂਗਾ ਦੋਸਤੋ ਫਿਰ ਅਸੀਂ ਗੱਲਾਂ ਵਿੱਚ ਮਸਰੂਫ ਹੋ ਜਾਣਾ ਹੈ ਜਾਨਵਰਾਂ ਜ ਮਸਰੂਫ ਹੋ ਜਾਣਾ ਆਪਣੇ ਮੋਵੇਸ਼ੀ ਮੰਡੀ ਟੀਵੀ ਨੂੰ ਲਾਈਕ ਕਰ ਲੋ ਸਬਸਕ੍ਰਾਈਬ ਕਰ ਲੋ ਤਾਂ ਕਿ ਦੋਸਤੋ ਤੁਹਾਡੇ ਤੱਕ ਸਾਦੀ مزید ਵੀਡੀਓਜ਼ ਜਾਨਵਰਾਂ ਦੀ ਅਪਡੇਟ ਦਿਆ ਰਹਿਣ ਪਹੁੰਚਦੀਆਂ ਰਹਿਣ ਤੇ ਦੋਸਤੋ ਹੋ ਸਕੇ ਤੇ ਸ਼ੇਅਰ ਵੀ ਕਰ ਦਿਆ ਕਰੋ ਬਹੁਤ ਮਿਹਰਬਾਨੀ ਯਕੀਨ ਕਰੋ ਕਾਫੀ ਮਿਹਨਤ ਹੁੰਦੀ ਹੈ ਵੀਡੀਓ ਬਣਾਉਂਦੇ ਆ ਵੀਡੀਓ ਅਪਲੋਡ ਕਰਦੇ ਆ ਲੈਣਾ ਦੇਣਾ ਦੋਸਤੋ ਮੁਕੱਦਰ ਹੈ ਨਸੀਬ ਹੈ ਲਬਦਾ ਹੋ ਜੇ ਜੋ ਨਸੀਬ ਹੈ ਤੇ ਜੋ ਮਰਜ਼ੀ ਕਹ ਲੂ ਬੰਦਾ ਆਖੇ ਕਿ ਮੈਂ ਬਹੁਤ ਸਿਆਣਾ ਵਾਂ ਬੜਾ ਯਾਨੀ ਕਿ ਮੈਂ ਜੀ ਇਹ ਹਾਂ ਉਹ ਵਨ ਨਹੀਂ ਸਿਆਣੀ ਮੇਰਾ ਰੱਬ ਦੀ ਏ ਤੇ ਲਬਦਾ ਨਸੀਬ ਜੇ ਤੇ ਇਸ ਤਰ੍ਹਾਂ ਹੁੰਦਾ ਨਾ ਕਿ ਜੇ ਸਿਆਣੇ ਸਿਆਣਿਆਂ ਨੂੰ ਰਿਜ਼ਕ ਲਬਦਾ ਤੇ ਜਿਹੜੇ ਸੰ ਚੱਲੇ ਉਹ ਭੁੱਖੇ ਮਰ ਜਾਂਦੇ ਤੇ ਦੋਸਤੋ ਜਾਨਵਰ ਲਬਦੇ ਨੇ ਨਸੀਬ ਨਾਲ ਇੱਕ ਦੋ ਦੋਸਤ ਨੇ ਬਲਕੇ ਕਾਫੀ ਦੋਸਤ ਨੇ رابطہ ਕਰਦੇ ਨੇ ਪੁੱਛਦੇ ਰਹਿੰਦੇ ਨੇ ਗੱਪਸ਼ਪ ਲੱਗਦੀ ਰਹਿੰਦੀ ਇਨਸ਼ਾਅੱਲਾ ਦੋਸਤੋ ਪਹਿਲੀ ਗੱਲ ਇਹ ਕਿ ਮੈਂ ਮਾਜ਼ਰ ਚਾਨਾ ਮਾਜ਼ਰਤ ਕਰਾਂਦਾ ਜਿੰਨਾ ਦੋਸਤਾਂ ਨੂੰ ਜਿੰਨਾ ਪਾਈਆਂ ਨੂੰ ਮੈਂ ਜਵਾਬ ਨਹੀਂ ਦੇ ਸਕਦਾ ਮੈਸੇਜ ਦਾ ਰੀਪਲੇ ਨਹੀਂ ਕਰਦਾ ਜਾਂ ਲੇਟ ਹੋ ਜਾਂਦਾ ਦੋਸਤੋ ਮੈਂ ਜੌਬ ਕਰਨਾ ਵਾ ਤੇ ਆਪਣੀ ਪੂਰੀ ਕੋਸ਼ਿਸ਼ ਕਰਨਾ ਵਾ ਕਿ ਜਲਦੀ ਤੋਂ ਜਲਦੀ ਰੀਪਲੇ ਦਿਆਂ ਜਲਦੀ ਤੋਂ ਜਲਦੀ ਰੀਪਲੇ ਕਰਾਂ ਜਿਹੜਾ ਟੈਲੀਨਾਰ ਦਾ ਨੰਬਰ ਹੈ 03416923205 ਇਹਦੇ ਤੇ ਮੈਂ ਬਹੁਤ ਜਲਦੀ ਰੀਪਲੇ ਕਰਨਾ ਦੂਸਰਾ 0 ਪੂਰਾ 300 896 36 90 ਜੈਦ ਦਾ ਇਹਦੇ ਤੇ ਮੈਂ ਰੀਪਲੇ ਕਰਨਾ ਇਹ ਨੰਬਰ ਪਾਕਿਸਤਾਨ ਚਲਦੇ ਨੇ ਮੇਰੇ ਵਾਲਦ ਸਾਹਿਬ ਕੋਲ 하ਜੀ ਮੁਹੰਮਦ ਅਸਲਮ ਸਾਹਿਬ ਕੋਲ ਜੀ WhatsApp Imo ਦੋਸਤੋ ਮੈਂ ਇਸਤੇਮਾਲ ਕਰਨਾ ਕਿਉਂਕਿ ਬਜ਼ੁਰਗ ਬੰਦੇ ਨੇ ਤੇ ਵਡੇਰੇ ਨੇ ਇਤਨਾ ਨਹੀਂ ਜੇ ਨੈਟ ਦਾ ਜਾਂ ਮੈਸੇਜ ਕਰ ਲੈਣਾ ਜਾਂ ਕਿਹਦੀ ਕਾਲ ਤੇ ਉਹ ਸਾਦਾ ਜੇ ਮੋਬਾਈਲ ਇਸਤੇਮਾਲ ਕਰ ਲੈਂਦੇ ਨੇ ਅਲਹਮਦੁਲਿਲਾ ਇਤਨਾ ਵੀ ਕਰਦੇ ਪਏ ਨੇ ਉਹ ਵੀ ਬਹੁਤ ਤੇ ਜਿਸੀ ਆਖਿਆ ਕਿ ਹੁਣੋਂ ਛਾਲਾ ਮਰਨੋਂ ਨਾ ਕੁ ਵਡੇਰਿਆਂ ਕੋਲ ਛਾਲਾ ਨਹੀਂ ਮਰੀਨੀਆਂ ਜਿੰਨਾ ਕੋ ਕਰ ਰਹੇ ਨੇ ਉਹ ਵੀ ਉਹਨਾਂ ਦੇ ਦਮ ਤੋਂ ਜ਼ਿਆਦਾ ਉਹ ਵੀ ਕਹਿੰਦੇ ਨੇ ਪੁੱਤਰ ਨਹੀਂ ਹੁੰਦਾ ਤੇ ਉਹਨਾਂ ਨੇ ਕਿਹਾ ਥੋੜਾ ਜਿਹਾ ਅਰਸਾ ਚਲਾਓ ਸਾਲ ਦੋ 6 ਮਹੀਨੇ ਨਾ ਜਿੰਨਾ ਕੋ ਚੱਲ ਸਕਦਾ ਜੇ ਕਿ ਕੋਈ ਸ਼ਾਇਦ ਬੱਚੇ ਨਾ ਬੱਚੇ ਲੇਕਿਨ ਗੱਡੀ ਰੈਡੀ ਰੱਖੋ ਤੇ ਇਨਸ਼ਾਅੱਲਾ ਖੈਰ ਹੋਵੇ ਦੋਸਤੋ ਫਿਰ ਰਿਕਵੈਸਟ ਕਰਾਂ ਦਾ ਦੋਸਤੋ ਵੀਡੀਓ ਲਾਈਕ ਜ਼ਰੂਰ ਕਰ ਦਿਆ ਕਰੋ ਤੁਹਾਡੀ ਮਿਹਰਬਾਨੀ ਦੋਸਤੋ ਲਾਈਕ ਨਹੀਂ ਕਰਦੇ ਤੁਸੀਂ ਤੇ ਬਹੁਤ ਸੇ ਦੋਸਤ ਤੇ ਸਕਰੀਨ ਸ਼ਾਟ ਵੀ ਲੈ ਕੇ ਜੀ ਆ ਡੰਗਰ ਕਿੰਨੇ ਦਾ ਹੈ ਗੱਲਾਂ ਕਿੰਨੇ ਦੀਆਂ ਤੇ ਉਹ ਵੀ ਨਹੀਂ ਕਰਦੇ ਉਹਨਾਂ ਨੂੰ ਮੈਂ ਕਹਿਣਾ ਮਿਹਰਬਾਨੀ ਮੇਰੇ ਦੋਸਤੋ ਕਿ ਤੁਹਾਡਾ ਕੁਝ ਨਹੀਂ ਜਾਣਨਾ ਚਲੋ ਸਾਡੀ ਇਹ ਨਾ ਹੁੰਦਾ ਹੌਸਲਾ افزਾਈ ਹੋ ਜਾਂਦੀ ਏ ਕਿ ਵੀਡੀਓ ਬਣਾਣੇ ਆ ਮਿਹਨਤ ਕਰਨੇ ਆ ਨਾ ਵੀ ਅੱਛੀ ਲੱਗੇ ਤਾਂ ਵੀ ਲਾਈਕ ਮਾਰ ਦਿਆ ਕਰੋ ਤੇ ਦੋਸਤੋ ਇਹ ਗਾਵਾ ਕੱਲ ਵੀ ਡਿਟੇਲ ਦਸੀ ਸੀ ਅੱਜ ਵੀ ਇਨਸ਼ਾਅੱਲਾ ਤੁਹਾਨੂੰ ਦੱਸ ਦਿਆਂਦੇ ਇੱਕ ਗਾਂ ਦੋਸਤੋ ਦੂਸਰਾ ਸੁਬਾ ਸੁਣਾ ਹੈ ਇੱਕ ਨੇ ਦੋਸਤੋ ਪਹਿਲਾ ਸੁਬਾ ਸੁਣਾ ਹੈ ਤੇ ਮਾਸ਼ਾਅੱਲਾ ਗਾਵਾਂ ਦੋਵੇ ਤੁਹਾਡੇ ਸਾਹਮਣੇ ਨੇ ਦੋਸਤੋ ਕੱਲ ਇਹਨਾਂ ਦੀ ਕੀਮਤ ਵੀ ਦੱਸੀ ਦੀ ਕੁਝ ਦੋਸਤਾਂ ਨੂੰ ਖਰੀਦ ਵੀ ਦੱਸੀ ਸੀ ਸਿੱਧੀ ਖਰੀਦ ਸਾਹਮਣੀ ਲੈਣੇ ਜਿਹੜੇ ਮੁਕੱਦਰ ਨੇ ਇੱਕ ਪਾਈ ਹੈ ਜੀ ਉਹਨਾਂ ਨਾਲ ਡੀਲ ਸਮਝੋ ਹੋ ਵੀ ਗਈ ਹੈ ਬਾਕੀ ਉਹ ਆਣ ਨਾਣ ਉਹਨਾਂ ਦਾ ਆਪਣਾ ਫੇਲ ਲੇ ਲੇਕਿਨ ਸਾਡੀ ਤਰਫੋਂ ਗੱਲ ਅਸਾਂ ਕਰ ਦਿੱਤੀ ਬਾਕੀ ਕੱਲ ਤੱਕ ਉਹਨਾਂ ਦਾ ਇੰਤਜ਼ਾਰ ਕਰਾਂਦੇ 11 12 ਵਜੇ ਤੱਕ ਦੀ ਉਹ ਦੋਸਤ ਆ ਜਾਣ ਉਹਨਾਂ ਦੇ ਨਸੀਬ ਕੱਲ ਨਾਲੋਂ ਅੱਜ ਗਾਵਾਂ ਜ਼ਿਆਦਾ ਨੇ ਜ਼ਿਆਦਾ ਇਸ ਤੋਂ ਨੇ ਕਿ ਇੱਕ ਤੇ ਦੋਸਤੋ ਜਾਨਵਰ ਜਿਵੇਂ ਜਿਵੇਂ ਤਿਆਰੀ ਕਰਦਾ ਵਧਦਾ ਦੂਸਰਾ ਦੋਸਤੋ ਜਿੱਦੂ ਵੀ ਜਾਨਵਰ ਕਿਰੂ ਵੀ ਲਿਆਉ ਉਹਦੇ ਜਿੰਨੀ ਦੂਰੂ ਲਿਆਉ ਉਹਦੇ ਜਾਨਵਰ ਇੱਕ ਤੇ ਪੇਟ ਖਾਲੀ ਹੋ ਗਿਆ ਹੁੰਦਾ ਮਿਹਦਾ ਜਾਨਵਰ ਰੈਸਟ ਨਹੀਂ ਹੁੰਦੀ ਜਾਨਵਰ ਥੱਕੇ ਹੁੰਦੇ ਲੇਕਿਨ ਸਾਡੀ ਕੋਸ਼ਿਸ਼ ਹੁੰਦੀ ਕਿ ਯਾਰਾ ਕਾਫੀ ਦੋਸਤ ਨੇ ਯਾਰਾ ਵੀਡੀਓ ਨਹੀਂ ਲਾਂਦੇ ਪੇ ਜਾਨਵਰ ਨਹੀਂ ਆਏ कि यार ਉਹਨਾਂ ਨੂੰ ਇਤਲਾ ਮਿਲ ਜਾਂਦੀ ਕਿ ਜਾਨਵਰ ਆ ਗਏ ਨੇ ਦੋਸਤੋ ਸਾਡਾ ਵੀ ਦਿਲ ਕਰਦਾ ਹੈ ਕਿ ਰੋਜ਼ ਖਾਸ ਤੌਰ ਤੇ ਮੇਰਾ ਕਿ ਰੋਜ਼ ਮੈਂ 10 12 ਵੀਡੀਓ ਆਪਣੇ ਚੈਨਲ ਤੇ ਅਪਲੋਡ ਕਰਾਂ ਪਰ ਨਹੀਂ ਕਰ ਸਕਦਾ ਇਨਸ਼ਾਅੱਲਾ ਪਾਕਿਸਤਾਨ ਗਿਆ ਤੇ ਦੋਸਤੋ ਆਪਣੀ ਪੂਰੀ ਕੋਸ਼ਿਸ਼ ਫਿਰ ਵੀ ਕਰਨ ਦਾ ਜਿੰਨੀਆਂ ਵੀਡੀਓ ਅਪਲੋਡ ਰੋਜ਼ ਦੀਆਂ ਕਰ ਸਕਾਂ ਅੱਜ ਵੀ ਤਕਰੀਬਨ 15 ਤੋਂ 20 ਜਾਨਵਰ ਰਾਜੀ ਸਾਹਿਬ ਵੇਖੇ ਨੇ ਕੋਈ 5 6 ਉਹਨਾਂ ਮੈਨੂੰ ਵੀ ਵਖਾਏ ਨੇ ਇਹ ਜਾਨਵਰ ਨੇ ਇਤਨੇ ਦੇ ਲੱਭ ਰਹੇ ਨੇ ਕੁਝ ਦੋਸਤਾਂ ਨੂੰ ਵੀ ਮਟੋਰੇ ਨੇ ਮੈਨੂੰ ਪਤਾ ਨਹੀਂ ਉਹਨਾਂ ਨੂੰ ਵੀ ਸ਼ਾਇਦ ਕੋਈ ਵਿੱਚੋਂ ਦਿਲ ਲੱਗ ਜਾਏ ਕੋਈ ਪਸੰਦ ਆ ਜਾਏ ਲੇਕਿਨ ਕੋਈ ਖਾਸ ਕਿਸੇ ਦੇ ਵੀ ਪਸੰਦ ਨਹੀਂ ਆਇਆ ਕਿਉਂਕਿ ਦੋਸਤੋ ਹਰ ਬੰਦੇ ਦੀ ਆਪਣੀ ਪਸੰਦ ਅਲੱਗ ਹੈ ਚੁਆਇਸ ਅਲੱਗ ਹੈ ਪਤਾ ਨਹੀਂ ਕੀ ਦੇਖੇ ਕਿਹੜਾ ਜਾਨਵਰ ਮਤਲਬ ਦਾ ਹੋਵੇ ਕਿਹਦੀ ਜਾਨਵਰ ਕਿਹੜਾ ਸਮਝ ਜਾਂਦਾ ਹੋਵੇ ਦੋ ਗਾਵਾਂ ਉਹਨਾਂ 'ਚ ਮੇਰੀ ਸਮਝ ਚਾਹੀਆਂ 3 ਲੱਖ ਰੁਪਇਆ ਮੈਂ ਹਾਜ਼ਰ ਉਹਨਾਂ 'ਕਾ ਆਖਦੇ ਹਾਂ ਹਾਜ਼ਰ ਆਖਦੇ ਤਾਂ ਲੇਕਿਨ ਉਹਨਾਂ ਨੇ ਨਹੀਂ ਦਿੱਤੀਆਂ ਕੁਝ ਹਾਜ਼ਰਾਂ ਦੀ ਸਮਝ ਚਾਹੀਆਂ ਉਹਨਾਂ ਨੇ ਦਿੱਤੀਆਂ ਜਿਸੀ ਆਖੀਏ ਕੋ ਸਾਡੀ ਨਰਾਜ਼ਗੀ ਕੋ ਰੰਜਿਗੀ ਨਹੀਂ ਐ ਸੌਦਾ ਨਸੀਬ ਦਾ ਤੇ ਪੁੱਜੇ ਪੁਜਾਇਦਾ ਮਤਲਬ ਵਾਰਾ ਇੱਕ ਦੂਜੇ ਨੂੰ ਖਾਣਾ ਤੇ ਐਸਾ ਕਰਨਾ ਇੱਕ ਦੂਜੇ ਨਾਲ ਕਿ ਜਿਹਨੂੰ ਮناسب ਲੱਗਣਾ ਜੀ ਮناسب ਗੱਲ ਅਗਲੇ ਨੂੰ ਜਾਂ ਸਾਨੂੰ ਆਵੇ ਤੇ ਠੀਕ ਐ ਐਗਰੀ ਨਹੀਂ ਤੇ ਅਲhamdulillah ਜੀ ਬਾਕੀ ਕਿਸੇ ਨਾਲ ਕੋਈ ਜ਼ਬਰਦਸਤੀ ਕੋਈ ਜ਼ੋਰ ਨਹੀਂ ਸਾਡੇ ਡੇਰੇ ਤੇ ਦੋਸਤੋ ਬਹੁਤ ਸੇ ਲੋਕ ਜਾਣਦੇ ਨੇ ਆਖੀਏ ਕਿ ਹਰ ਬੰਦੇ ਦਾ ਸੌਦਾ ਹੁੰਦਾ ਹੈ ਹਰ ਬੰਦਾ ਲੈ ਲੈਂਦਾ ਨਹੀਂ ਲੈਂਦਾ ਤੇ ਜੋ ਨਸੀਬ ਹੈ ਜੋ ਜੀ ਦੇ ਮੁਕੱਦਰਾਂ ਚ ਉਹਨੇ ਲੈਣਾ ਉਹਨੂੰ ਲੱਭਣਾ ਤੇ ਆਪਣੀ ਸਮਝ ਦੀ ਗੱਲ ਹੈ ਦੋਸਤੋ ਅੱਜ ਵੀ ਕਾਫੀ ਲੋਕ ਗਏ ਨੇ ਵੇਂਦੇ ਨੇ ਫਿਰਦੇ ਟੁਰਦੇ ਕੁਝ ਲੋਸ ਤੇ ਜਾਣੇ ਉਹਨਜੀ ਚਸਕਿਆਂ ਵਾਸਤੇ ਨੇ ਮਸਲਨ ਉਹਨਾਂ ਦੀ ਲਿਮਟ ਹੁੰਦੀ ਜੀ 10 ਬਾਰ ਉਹਨਾਂ ਦਾ ਫਾਰਮ ਚੁਣੇ ਹੁੰਦੇ ਨੇ ਉਹਨਾਂ ਸਾਰਿਆਂ ਵਿਜ਼ਿਟ ਕਰਨੇ ਹੁੰਦੇ ਨੇ ਫਿਰਦੇ ਟੁਰਦੇ ਚਲੋ ਜੀ ਫੇਰ ਟੋਰਾ ਵੀਏ ਤੇ ਸਾਨੂੰ ਕੋਈ ਇਤਰਾਜ਼ ਨਹੀਂ ਜੀ ਅਸੀਂ ਤਾਬੇਦਾਰ ਆ ਮੋਸਟ ਵੈਲਕਮ ਜੀ ਮੋਸਟ ਵੈਲਕਮ ਮੋਸਟ ਵੈਲਕਮ ਦੋਸਤੋ ਅਸੀਂ ਖੁਸ਼ ਆਮਦੇਦ ਕਰਨੇ ਆ ਤੇ ਜ਼ਰੂਰ ਜਾਓ ਵਿਜ਼ਿਟ ਕਰੋ ਜਾਣਾ ਚਾਹੀਦਾ ਜੇ ਇਸ ਚੀਜ਼ ਵਿੱਚ ਇੰਟਰਸਟ ਰੱਖਦੇ ਹੋ ਉਹਦੇ ਵਿੱਚ ਪੂਰੀ ਤਰ੍ਹਾਂ ਆਪਣਾ ਤਵਜੋ ਦਿਓ ਤਾਂ ਕਿ ਤੁਸੀਂ ਕਾਮਯਾਬ ਹੋ ਸਕੋ ਨਹੀਂ ਤੇ ਇਹ ਕੰਮ ਐਸਾ ਦੋਸਤੋ ਕਿ ਇਹਦੇ ਵਿੱਚ ਬਹੁਤ ਮਿਹਨਤ ਚਾਹੀਦੀ ਫਾਇਦਾ ਵੀ ਹੈ ਵੇ ਲੇਕਿਨ 24 ਘੰਟੇ ਡਿਊਟੀ ਹੈ ਦੋਸਤੋ ਇਹਦੇ ਤੋਂ ਇਲਾਵਾ ਵੀ ਸਾਡੇ ਕੋਲ ਗਾਵਾਂ ਖੜੀਆਂ ਨੇ ਜਿਹੜੇ ਦੋਸਤ ਖੁਸ਼ਮੰਦ ਹੋਣ ਜਿਹੜਾ ਰابطਾ ਕਰਨਾ ਚਾਹੁੰਦੇ ਹੋ ਰابطਾ ਕਰ ਸਕਦੇ ਨੇ ਇੱਕ ਮਾਜ ਵੀ ਖੜੀ ਹੈ ਤੀਜਣ ਕੀ ਜਿਆ ਸ਼ੁਰੂਆਤ ਹੋਈ 31 ਤੋਂ ਮਗਰ ਤੇ ਤਕਰੀਬਨ 2 10 ਤੋਂ 12 ਕਿਲੋ ਮੱਝ ਕੋਲ ਲੀਆ ਹੋਵੇ ਤੇ ਵੇਖੋ ਅੱਗੂ ਕਿੱਥੋਂ ਤਾਂ ਜਾਂਦੀ ਹੈ ਮੱਝ ਚੰਗੀ ਵੱਡੀ ਮੱਝ ਤੇ ਉਮੀਦ ਹੈ ਦੁੱਧ ਜਿਹੜਾ 15 16 ਕਿਲੋ ਤੱਕ ਮੱਝ ਬਣਾ ਜੇ ਜੀ ਅਲੀ ਸਜਰੀ ਮੱਝ ਜੀ ਤਕਰੀਬਨ 4 5 ਦਿਨ ਹੋ ਗਏ ਹੋਣੇ ਤੋਂ ਸੂਈ ਨੂੰ ਤੇ ਬਾਕੀ ਦੋਸਤੋ ਡਿਸਕ੍ਰਿਪਸ਼ਨ ਹੈ ਸਾਡੇ WhatsApp ਨੰਬਰ ਸਾਡੀ ਲੋਕੇਸ਼ਨ ਸਾਡੀ ਲੋਕੇਸ਼ਨ ਦੋਸਤੋ ਜ਼ਿਲ੍ਹਾ ਸਰਗੋਦਾ थाना ਜਾਵਰੀਆਂ ਚੱਕ ਹਯਾਤਪੁਰੇ ਡਿਸਕ੍ਰਿਪਸ਼ਨ ਹੈ ਦੋਸਤੋ ਸਾਡੇ ਫੇਸਬੁਕ ਪੇਜ ਫੇਸਬੁਕ ਆਈਡੀ ਫੇਸਬੁਕ ਦੇ ਲਿੰਕਸ ਮੌਜੂਦ ਨੇ ਮੇਰੀ ਫੇਸਬੁਕ ਆਈਡੀ ਦੇ ਮੇਰੇ ਫੇਸਬੁਕ ਇੱਕ ਪੇਜ ਹੈ ਇੱਕ ਫੇਸਬੁਕ ਗਰੁੱਪ ਹੈ ਜਾਨਵਰਾਂ ਦੇ ਮਤਲਕ ਨੇ ਦੋਸਤੋ ਅਸੀਂ ਉੱਥੇ ਪਿਕਚਰ ਵੀਡੀਓ ਜਾਨਵਰਾਂ ਦੀ ਅਪਲੋਡ ਕਰਦੇ ਰਹਿੰਦੇ ਹਾਂ ਉੱਥੇ ਤੁਸੀਂ ਸਾਨੂੰ ਫਾਲੋ ਕਰ ਸਕਦੇ ਹੋ ਤੇ ਇਨਸ਼ਾਅੱਲਾ ਦੋਸਤੋ ਰابطੇ ਚ ਰਹਾਵਾਂਗੇ ਤੇ ਬਾਕੀ ਦੋਸਤੋ ਦੁਆ ਗੋਵਾਂ ਤੁਸੀਂ ਮੇਰੇ ਵਾਸਤੇ ਦੁਆ ਕਰਨੀ ਆ ਜੀ ਔਰ ਮੇਰੇ ਵਾਸਤੇ ਅਸੀਂ ਤੁਹਾਡੇ ਵਾਸਤੇ ਕਰਨੀ ਬਾਕੀ ਲੈਣ ਦੇ ਦੋਸਤੋ ਨਸੀਬ ਹੈ ਮੁਕੱਦਰ ਹੈ ਜੋਗ ਜੀ ਦੇ ਨਸੀਬ ਵਿੱਚ ਹੋਣਾ ਉਹਨੂੰ ਲੱਭਣਾ ਬਾਕੀ ਦੋਸਤੋ ਸਾਡੀ ਕੋ ਗੱਲ ਤੁਹਾਨੂੰ ਬੁਰੀ ਲੱਗੇ ਤੇ ਮਾਫਰਤ ਤੇ ਇਨਸਾਨ ਗਲਤੀ ਕਰਦਾ ਹੈ ਖਤਾ ਕਰਦਾ ਹੈ ਤੇ ਉਹ ਜਾਂਦੀ ਇਹ ਕੋ ਲਫਾਜ਼ ਵਿੱਚ ਕੋ ਮਿਸਟੇਕ ਤੇ ਬਾਕੀ ਇਨਸ਼ਾਅੱਲਾ ਆਪਣੀ ਪੂਰੀ ਕੋਸ਼ਿਸ਼ ਕਰਾਂਦੇ ਇਤਿਆਤ ਕਰਾਂਦੇ ਦੋਸਤੋ ਸਾਡੀ ਲੋਕੇਸ਼ਨ ਜਿਹੜੀ ਜੇ ਜ਼ਿਲ੍ਹਾ ਸਰਗੋਦਾ थाना ਜਾਵਰੀਆ ਚੱਕ ਹਯਾਤਪੁਰੇ ਬੇਰਾ ਇੰਟਰਚੇਂਜ ਸਾਲਮ ਇੰਟਰਚੇਂਜ ਸਾਨੂੰ ਨਜ਼ਦੀਕ ਲੱਗਦਾ ਹੈ ਦੋਸਤੋ ਇਹ گاਵਾਂ ਦੀ ਕੋਈ ਪਿਕਚਰ ਵੀ ਨਾਲ ਸ਼ੇਅਰ ਕੀਤੀਆਂ ਨੇ ਚਲੋ ਕਿ ਇਹਦੇ ਨਾਲ ਬਹੁਤ ਫਾਇਦਾ ਹੁੰਦਾ ਆਡੀ ਹੁੰਦਾ ਪਿਕਚਰ ਵੀ ਆ ਜਾਂਦੀਆਂ ਨੇ ਵੀਡੀਓ ਵੀ ਆ ਜਾਂਦੀਆਂ ਨੇ ਤੁਸੀਂ ਆਪਣੀ ਤਸੱਲੀ ਕਰ ਸਕਦੇ ਹੋ ਤੇ ਇਨਸ਼ਾਅੱਲਾ ਬਾਕੀ ਜਿਹੜਾ ਦੋਸਤ ਜਾਇਦਾ ਉਹਨੂੰ ਉੱਥੇ ਵੀ ਤਸੱਲੀ ਕਰਾਉਣ ਦੇ ਜਾਨਵਰ ਚੈੱਕ ਕਰਾਉਣ ਦੇ ਪਾਸ ਕਰਾ ਕੇ ਦੇ ਆਂਦੇ ਅੱਗੇ ਉਹਦੇ ਨਸੀਬ ਮੈਂ ਅੱਗੇ ਵੀ ਕਹਿੰਦਾ ਮੈਂ ਫਿਰ ਵੀ ਕਹਿੰਦਾ ਰਮਾਨ ਦਾ ਕਿਸੇ ਦੇ ਨਸੀਬ ਸਾਡੇ ਕੋਲ ਨਹੀਂ ਬਣਦੇ ਸਾਡੇ ਕਿਸੇ ਕੋਲ ਨਹੀਂ ਬਣਦੇ ਇਨਸ਼ਾਅੱਲਾ ਬਿਮਾਰ ਜਾਨਵਰ ਕੋਈ ਐਬ ਵਾਲਾ ਜਾਨਵਰ ਨਹੀਂ ਦੇਣ ਲੱਗੇ ਤੇ ਲੇਕਿਨ ਦੋਸਤੋ ਐਸਾ ਹਾਲੀ ਚੀਜ਼ ਹੁੰਦੀ ਹੈ ਨਾ ਨਦੀ 1 ਮਿੰਟ ਦੀ ਦੋਸਤੋ ਗਾਰੰਟੀ ਨਹੀਂ ਅਸੀਂ ਆਖਿਆ ਕਿ ਇਹ ਨਦੀ ਜੀ 100 ਸਾਲ ਦੀ ਹੈ ਇੰਨੇ ਮਹੀਨਿਆਂ ਦੀ ਹੈ 2 ਸਾਲ ਦੀ ਗਾਰੰਟੀ ਹੋ ਗਾਰੰਟੀ ਇਹਨਾਂ ਦੀ ਗਾਰੰਟੀ ਨਹੀਂ ਜੀ ਹੁੰਦੀ ਉੱਥੇ ਤੁਹਾਨੂੰ ਚੈੱਕ ਕਰਾਂਦੇ ਤੁਸੀਂ ਆਪਣੀ ਤਸੱਲੀ ਪੂਰੀ ਕਰ ਲੈਣੀ ਕਰਨੀ ਬਾਦੇ ਚ ਗਿਲੇ ਸ਼ਿਕਵੇ ਲਾਮੇ ਅੱਛੇ ਨਹੀਂ ਹੁੰਦੇ ਤੇ ਆਪਣਾ ਯਾਨੀ ਕਿ ਆਪਣਾ ਪੂਰਾ ਯਾਨੀ ਕਿ ਆਪਣਾ ਉੱਥੇ ਜਾ ਕੇ ਆਪਣਾ ਜੀ ਪਾਸ ਕਰ ਲੋ ਜਾਨਵਰ ਚੈੱਕ ਕਰ ਲੋ ਥਣਪਾਦ ਕਰ ਲੋ ਚੋਲ ਟਕਾ ਕੇ ਬਾਕੀ ਵੀਡੀਓ ਤਸਵੀਰਾਂ ਤੁਹਾਨੂੰ ਅੱਗੇ ਵਿਖਾਣੇ ਚੁਾਈ ਵੀ ਕਹਿੰਦੇ ਡੰਗਰ ਸੂ ਜਾਣ ਚੁਾਈ ਵੀ ਲਾਈਵ ਵਿਖਾ ਦਿੰਨੇ ਆ ਤੇ ਬਾਕੀ ਦੋਸਤੋ ਕਿਸੇ ਨੂੰ ਖਰਾਬ ਨਹੀਂ ਕਰਨਾ ਚਾਹੀਦਾ ਬਹੁਤ ਸੇ ਦੋਸਤ ਐਸੇ ਨੇ ਕਿ ਜਿਹੜੇ ਗੱਲ ਕਰਕੇ ਨਸ ਜਾਂਦੇ ਨੇ ਫਿਰ ਜਾਂਦੇ ਨੇ ਜਾਨਵਰ ਮੁਕਾਕੇ ਰੋਗ ਕੇ ਅਸੀਂ ਕਈ ਵਾਰੀ ਨਵੇਂ ਵੀ ਬਿਆਨ ਲੈਂਦੇ ਹਾਂ ਦੇ ਹਾਰ ਦੇ ਪਾਬੰਦ ਹੋ ਜਾਂਦੇ ਆ ਜੀ ਅਸੀਂ ਆ ਰਹੇ ਆਂ ਬੰਦਾ ਪਾਬੰਦ ਹੁੰਦਾ ਹੈ ਲੇਕਿਨ ਉਹ ਸਾਡੇ ਪਾਬੰਦ ਨਹੀਂ ਹੁੰਦੇ ਹੁਣ ਵੀ ਜਿੰਨਾ ਭਾਈ ਹੋਰ ਨਾਲ ਗੱਲ ਹੋਈ ਬਗੈਰ ਬਿਆਨੇ ਤੋਂ ਹੋਈ ਹੈ ਜੀ ਤੇ ਇਨਸ਼ਾਅੱਲਾ ਜੀ ਫਿਰ ਵੀ ਜੀ ਅਸੀਂ ਤਾਬੇਦਾਰ ਆਂ ਕੱਲ ਤੱਕ ਉਹਨਾਂ ਦੇ 11 12 ਵਜੇ ਤੱਕ ਇੰਤਜ਼ਾਰ ਕਰਾਂਗੇ ਦੋਸਤੋ ਮੈਂ ਦੋਸਤੋ ਦੱਸ ਦਿਆਂ ਕਿੰਨੇ ਦੀ ਗੱਲ ਹੋਈ ਏ 380000 ਦੀ ਦੋਸਤੋ ਇਹਨਾਂ ਦੋਵਾਂ ਗਾਵਾਂ ਦੀ ਗੱਲ ਹੋਈ ਉਹਨਾਂ ਨਾਲ ਫਾਈਨਲ ਠੀਕ ਏ ਦੋਸਤੋ ਤੇ ਉਹਨਾਂ ਨੂੰ ਵਾਰਾ ਹੋਇਆ ਸਾਨੂੰ ਵਾਰਾ ਹੋਇਆ ਲੈ ਆਣ ਦੇ ਨਾਂ ਨਹੀਂ ਹੋਇਆ ਤੇ ਉਹ ਆਪਣੇ ਘਰ ਸੀ ਆਪਣੇ ਘਰ ਦੀ ਬਾਕੀ ਨਸੀਬ ਨੇ ਨਹੀਂ ਵੀ ਜਾਨਵਰ ਪਸੰਦ ਆਂਦਾ ਜਾ ਕੇ ਵੀ ਨਹੀਂ ਆਂਦਾ ਤੇ ਹੋਰ ਜੇ 11 12 ਵਜੇ ਤੇ ਉਹ ਆ ਜਾਂ ਠੀਕ ਏ ਨਾ ਆਣ ਤਾਂ ਵੀ ਠੀਕ ਏ ਤੇ ਜੇ ਨਾਂ ਤੇ ਦੂਜੇ ਦੋਸਤ ਰਾਬਤਾ ਕਰ ਸਕਦੇ ਹੋ ਦੂਜੇ ਕਿਤੇ ਭਾਈ ਦੀ ਸਮਝ ਹੈ ਗਾਮਾ ਆਣ ਦੋਵੇਂ ਤੇ ਤੇ گاਵਾ ਨੇ ਚੰਗੀਆਂ ਕਰਾਸ گاਵਾ ਨੇ ਸਾਡਾ ਮੌਸਮ ਬਰਦਾਸ਼ਤ ਕਰਨ ਵਾਲੀਆਂ ਨੇ ਗਰਮੀ ਸਰਦੀ ਤੇ ਇਨਸ਼ਾਅੱਲਾ ਦੋਸਤੋ ਤੁਹਾਡੇ ਨਾਲ رابطہ ਹੁੰਦਾ ਰਹੇਦਾ ਮੈਂ ਫਿਰ ਦੱਸਦੇ ਆਂ ਦੋਸਤੋ ਕੁਝ ਦੋਸਤ ਵੀਡੀਓ ਪੂਰੀ ਨਹੀਂ ਵੇਂਦੇ ਕਹਿੰਦੇ ਨੇ ਕੀਮਤ ਨਹੀਂ ਦੱਸਦੇ ਮੈਂ ਹਰ ਵੀਡੀਓ ਜਾਨਵਰਾਂ ਦੀ ਕੀਮਤ ਡਿਟੇਲ ਦੱਸਣਾ ਵਾ ਤੇ ਦੱਸਦਾ ਰਹਾਂਦਾ ਜੇ ਮੈਂ ਭੁੱਲ ਵੀ ਜਾ ਨਾ ਵੀ ਕਿਸੇ ਦੋਸਤ ਨੂੰ ਸਮਝ ਆਵੇ ਤੇ WhatsApp IMO ਤੇ ਰابطਾ ਕਰ ਸਕਦਾ ਮੇਰੇ ਨਾਲ 13.80 ਹਜ਼ਾਰ ਦੀ ਉਹਨਾਂ ਨਾਲ ਸਾਡੀ ਫਾਈਨਲ ਹੋਈਆਂ ਨੇ ਜੇ ਆ ਜਾਣ ਠੀਕ ਹੈ ਨਹੀਂ ਤੇ ਦੋਸਤੋ ਤੁਸੀਂ ਆ ਸਕਦੇ ਹੋ ਰابطਾ ਕਰ ਸਕਦੇ ਹੋ ਜੀ ਅਗਲੀ ਵੀਡੀਓ ਤੱਕ اجازت ਚਾਹੁੰਦਾ ਜੀ ਅੱਲਾਹ ਹਾਫਿਜ਼